ਜ਼ਿਲ੍ਹਾ ਮੋਗਾ ਦੇ ਸ਼ਹਿਰ ਬਾਘਾਪੁਰਾਣਾ ਵਿੱਚ ਆਈਲੈਟ ਸੈਂਟਰਾਂ ਵਾਲੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਅਣਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ। ਜਦੋਂ ਸਾਡੇ ਪੱਤਰਕਾਰ ਵੱਲੋਂ ਸ਼ਹਿਰ ਦਾ ਮੁਆਇਨਾ ਕੀਤਾ ਗਿਆ ਤਾਂ ਹਰੇਕ ਪਬਲਿਕ ਪਲੇਸ ਅਤੇ ਬਿਜਲੀ ਵਾਲੇ ਖੰਭਿਆਂ ਉੱਪਰ ਆਈਲੈਟ ਸੈਂਟਰਾਂ ਦੇ ਹੋਲਡਿੰਗ ਬੋਰਡ ਅਤੇ ਗੂੰਦ ਨਾਲ ਚਿਪਕੇ ਹੋਏ ਪੈਂਪਲੇਟ ਆਮ ਹੀ ਦੇਖਣ ਨੂੰ ਮਿਲੇ। ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਇੱਕ ਮੋਗੇ ਤੋਂ ਆਈ ਹੋਈ ਕਥਿਤ ਆਈਲੈਟ ਸੰਸਥਾ ਨੇ ਕੋਈ ਵੀ ਅਜਿਹੀ ਸਰਕਾਰੀ ਜਗ੍ਹਾ ਨਹੀਂ ਛੱਡੀ ਜਿੱਥੇ ਉਹਨਾਂ ਵੱਲੋਂ ਪੋਸਟਰ ਨਾ ਲਗਾਏ ਹੋਣ। ਇੱਥੋਂ ਤੱਕ ਕਿ ਨਗਰ ਕੌਂਸਲ ਦੀਆਂ ਸਾਰੀਆਂ ਕੰਧਾਂ ਅਤੇ ਸ਼ਹੀਦ ਭਗਤ ਸਿੰਘ ਚੌਂਕ ਨੂੰ ਵੀ ਪੋਸਟਰ ਲਾਉਣ ਵਾਲਿਆਂ ਵੱਲੋਂ ਨਹੀਂ ਬਖਸ਼ਿਆ ਗਿਆ। ਇੱਥੇ ਦੇਖਣਯੋਗ ਇਹ ਵੀ ਮਿਲਿਆ ਕਿ ਬਾਘਾਪੁਰਾਣਾ ਦੇ DSP ਦਫ਼ਤਰ ਦੇ ਉੱਪਰ ਵੀ ਆਈਲੈਟ ਸੈਂਟਰਾਂ ਵੱਲੋਂ ਕੋਈ ਮਸ਼ਹੂਰੀਕਰਨ ਵਾਲੀਓ ਕਸਰ ਨਹੀਂ ਛੱਡੀ ਗਈ ਸੀ। ਜਦੋਂ ਇਸ ਸੰਬੰਧ ਵਿੱਚ ਨਗਰ ਕੌਂਸਲ ਦੇ EO ਜਗਜੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਲਦ ਹੀ ਸਾਰੇ ਆਈਲੈਟ ਸੈਂਟਰਾਂ ਨੂੰ ਨੋਟਿਸ ਕੱਢੇ ਜਾਣਗੇ ਅਤੇ ਜੇਕਰ ਉਹਨਾਂ ਉੱਪਰ ਕੋਈ ਵੀ ਅਸਰ ਨਹੀਂ ਹੁੰਦਾ ਤਾਂ ਅਦਾਲਤ ਵਿੱਚ ਕੱਢੇ ਗਏ ਨੋਟਿਸਾਂ ਦੇ ਆਧਾਰ ਤੇ ਕੇਸ ਪਾਇਆ ਜਾਵੇਗਾ। ਇਸ ਸੰਬੰਧ ਵਿੱਚ ਬਿਜਲੀ ਬੋਰਡ ਦੇ SDO ਰਾਹੁਲ ਦੇਵ ਨੇ ਦੱਸਿਆ ਕਿ ਉਹਨਾਂ ਵੱਲੋਂ ਜਲਦ ਹੀ ਪੁਲਿਸ ਦੀ ਸਹਾਇਤਾ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਾਘਾਪੁਰਾਣਾ ਦੀ ਆਮ ਜਨਤਾ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਹ ਕਿਸੇ ਵੀ ਉਕਤ ਸੰਸਥਾ ਨੂੰ ਸ਼ਹਿਰ ਦੀਆਂ ਪਬਲਿਕ ਪਲੇਸਿਸ ਖਰਾਬ ਕਰਨ ਦੀ ਇਜਾਜ਼ਤ ਨਾ ਦੇਵੇ ਅਤੇ ਇਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਤੇ ਇਸ ਮੌਕੇ ਉਹਨਾਂ ਵੱਲੋਂ ਉਕਤ ਸੰਸਥਾਵਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਉਹ ਜਲਦ ਬੋਰਡ ਨਹੀਂ ਉਤਾਰਦੇ ਤਾਂ ਸ਼ਹਿਰ ਦਾ ਯੂਥ ਆਪਣੇ ਲੈਵਲ ਤੇ ਇਹਨਾਂ ਖਿਲਾਫ਼ ਸੰਘਰਸ਼ ਵਿੱਢੇਗਾ। ਬਾਘਾਪੁਰਾਣਾ ਤੋਂ ਸੰਦੀਪ ਕੁਮਾਰ ਦੀਪੀ ਦੀ ਰਿਪੋਰਟ, ਜਗਤ ਸੇਵਕ WebTV। ਚੌਂਕ ਦੇ ਵਿੱਚ ਲੋਕਾਂ ਦੇ ਜਿਹੜੇ ਫਲੈਕਸ ਬੋਰਡ ਲੱਗੇ ਆ ਜਾਂ ਪੋਸਟਰ ਲੱਗੇ ਹੈਗੇ ਆ ਜਾਂ ਸਰਕਾਰੀ ਪ੍ਰੋਪਰਟੀ ਦੇ ਪੋਸਟਰ ਲੱਗੇ ਹੈਗੇ ਆ ਆਈਲੈਟ ਸੈਂਟਰਾਂ ਵਗੈਰਾ ਦੇ, ਉਹਨਾਂ ਦੇ ਸੰਬੰਧ ਦੇ ਵਿੱਚ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਅਸੀਂ ਡੀਫੇਸਮੈਂਟ ਆਫ ਪ੍ਰੋਪਰਟੀ ਐਕਟ ਦੇ ਥੱਲੇ ਨੋਟਿਸ ਦੇ ਰਹੇ, ਜਿਹੜੇ ਬੰਦੇ ਪਾਲਣਾ ਕਰਨਗੇ ਠੀਕ ਹੈ, ਜਿਹੜੇ ਨਹੀਂ ਕਰਨਗੇ ਉਹਨਾਂ ਦੇ ਖਿਲਾਫ਼ ਕੋਰਟ ਦੇ ਵਿੱਚ ਕੇਸ ਕੀਤਾ ਜਾਵੇਗਾ, ਸਖ਼ਤੀ ਨਾਲ ਅਸੀਂ ਐਕਸ਼ਨ ਲਵਾਂਗੇ। ਇਹਦੇ ਵਿੱਚ ਕੋਈ ਜੁਰਮਾਨਾ ਵਗੈਰਾ ਵੀ ਹੁੰਦਾ ਜਿਹੜੇ ਮਤਲਬ ਕੋਰਟ ਦਾ ਕੰਮ ਆ ਜੁਰਮਾਨੇ ਦਾ, ਜਦੋਂ ਅਸੀਂ ਕੋਰਟ 'ਚ ਲਾਵਾਂਗੇ ਕੋਰਟ ਜੁਰਮਾਨਾ ਕਰੇ, ਕੋਰਟ ਦੀ ਸਜ਼ਾ ਦੇ ਸਕਦੇ ਜੋ ਵੀ ਐਕਟ 'ਚ ਪ੍ਰੋਵੀਜ਼ਨ ਹੋਵੇ। ਅੱਗੇ ਤੋਂ ਜੋ ਕੋਈ ਇਸ ਤਰ੍ਹਾਂ ਦੀਆਂ ਮਤਲਬ ਨਾ ਕੋਈ ਲੋਕ ਪੋਸਟਰ ਵਗੈਰਾ ਲਾਉਣ, ਉਹਦੇ ਸੰਬੰਧ 'ਚ ਕੋਈ ਤੁਸੀਂ ਕੋਈ ਲੋਕਾਂ ਦੇ ਵਿੱਚ ਕੋਈ ਪਬਲਿਸਿਟੀ ਵਗੈਰਾ ਕਰ ਰਹੇ ਹੋ? ਉਹਦੇ 'ਚ ਅਸੀਂ ਪਬਲਿਸਿਟੀ ਬੁਨਿਆਦੀ ਕਰਾ ਰਹੇ ਹਾਂ, ਜਿਹੜੀ ਜਿੱਥੇ ਨਿਰਧਾਰਿਤ ਥਾਵਾਂ ਹੈ ਜਾਂ ਜਿੱਥੇ ਐਡਵਰਟਾਈਜ਼ਮੈਂਟ ਦੇ ਬੋਰਡ ਲੱਗ ਸਕਦੇ ਆ ਉੱਥੇ ਹੀ ਲਗਾਏ ਜਾਣ, ਜੇ ਕੋਈ ਇਲੀਗਲੀ ਲਗਾਊਗਾ ਤਾਂ ਉਹਦੇ ਖਿਲਾਫ਼ ਐਕਸ਼ਨ। ਸਹੀ SDO ਸਾਹਿਬ, ਜਿਹੜੇ ਆਪਣੇ ਬਿਜਲੀ ਬੋਰਡ ਦੇ ਖੰਭੇ ਹੈਗੇ ਆ ਉਹਨਾਂ ਦੇ ਉੱਪਰ ਆਈਲੈਟ ਸੈਂਟਰਾਂ ਵਾਲੇ ਕੁਝ ਹੋਰ ਲੋਕਾਂ ਨੇ ਆਪਦੇ ਬੋਰਡ ਲਾਏ ਹੋਏ ਆ, ਇਹਦੇ ਸੰਬੰਧ ਤੁਹਾਨੂੰ ਪਤਾ ਜਾਂ ਕਿਉਂ ਲਾਏ ਆ ਤੇ ਤੁਹਾਡੀ ਕੋਈ ਨੌਲੇਜ ਹੈ? ਸਾਡੀ ਜਾਣਕਾਰੀ ਐਵੇਂ ਤਾਂ ਐਵੇਂ ਦੇ ਕੋਈ ਬੋਲ ਨਹੀਂ ਹੈਗੇ, ਮਤਲਬ ਸਾਡੇ ਜਿਵੇਂ ਵੀ ਲੱਗੇ ਹੋਏਗੇ ਉਹ ਲੋਕਾਂ ਨੇ ਆਪਣੇ ਵੈਸੇ ਨਜਾਇਜ਼ ਹੀ ਲਾਏ ਹੋਏ ਆ, ਅਤੇ ਕੋਸ਼ਿਸ਼ ਅਸੀਂ ਕਰਾਂਗੇ ਵੀ ਉਹਨਾਂ ਨੂੰ ਪੁਲਿਸ ਕੰਪਲੇਂਟ ਵੀ ਨਾ ਦਿੱਤਾ ਜਾਵੇ ਤਾਂ ਕਿ ਹੋਰ ਲੋਕ ਦਾ ਨਵੇਂ ਨਾਮ ਖੰਭੇ ਨਾ ਖੰਭਿਆਂ ਉੱਤੇ ਨਾ ਲੈ। ਜ਼ਿਆਦਾਤਰ ਆਈਲੈਟਸ ਦੇ ਬੋਰਡ ਲੱਗੇ ਹੋਏ ਆ, ਉਹ ਅਸੀਂ ਦੇਖੇ ਵੀ ਹੈ, ਦੇਖਾਂਗੇ ਵੀ ਪੁਲਿਸ ਕਾਰਵਾਈ ਵੀ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਪੁਲਿਸ ਨੂੰ ਸੂਚਿਤ ਕੀਤਾ ਜਾਏਗਾ ਇਸ ਬਾਰੇ, ਅਤੇ ਜੋ ਵੀ ਕਾਰਵਾਈ ਹੋਏਗੀ ਬਣਦੀ ਉਹਨਾਂ ਦੀ ਕੀਤੀ ਜਾਏਗੀ। ਪਬਲਿਕ ਬੇਸ ਦੇ ਉੱਤੇ ਲੋਕਾਂ ਦੇ ਜਿਹੜੇ ਆ ਪੋਸਟਰ ਲੱਗੇ ਹੈਗੇ, ਇਹਦੇ ਸੰਬੰਧ ਤੁਸੀਂ ਕੀ ਕਹਿਣਾ ਚਾਹੁੰਦੇ, ਤੁਹਾਡੀ ਮੰਗ ਕੀ ਹੈ? ਬਾਘਾਪੁਰਾਣੇ ਦੇ ਸ਼ਹਿਰ 'ਚ ਬੁਰਾ ਹਾਲ ਕੀਤਾ ਪਿਆ ਜੀ, ਸਾਰੀਆਂ ਕੰਧਾਂ ਪਬਲਿਕ ਪ੍ਰੋਪਰਟੀ ਦੀਆਂ, ਚੌਂਕ 'ਚ ਮੇਨ ਚੌਂਕ ਭਗਤ ਸਿੰਘ ਦੇ ਸਾਰੇ ਕਿਤੇ ਬੱਸ ਅੱਡੇ 'ਚ ਜਿੰਨੀਆਂ ਵੀ ਆ ਪੁਲਿਸ ਸਟੇਸ਼ਨ ਦੇ ਨੇੜੇ ਪੋਸਟਰ ਲਾਏ ਪਏ ਆ, ਭਰੀਆਂ ਪਈਆਂ, ਆਈਲੈਟਸ ਦੀਆਂ ਮਸ਼ਹੂਰੀਆਂ ਕੀਤੀਆਂ ਪਈਆਂ, ਪ੍ਰਾਈਵੇਟ ਕਾਲਜ ਦੀਆਂ ਮਸ਼ਹੂਰੀਆਂ ਕੀਤੀਆਂ ਪਈਆਂ, ਇੱਕ ਲਾ ਕੇ ਜਾਂਦਾ ਦੂਜਾ ਉਹਦੇ ਉੱਪਰ ਲਾ ਦਿੰਦਾ ਉਹ ਪਾੜ ਦਿੰਦਾ, ਇਹੀ ਕੰਪੀਟੀਸ਼ਨ ਚੱਲੀ ਜਾਂਦਾ, ਬੇਅਦਬੀ ਹੋਈ ਜਾਂਦੀ ਹੈ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਇਹੀ ਮੰਗ ਆ ਜਮਾਂ ਬੰਦ ਸਖਤਾਈ ਕਰ ਦੇਣ, ਜੁਰਮਾਨਾ ਲਾ ਦੇਣ, ਵੀ ਇਸ ਜਿਹੜਾ ਵੀ ਇਹ ਕੋਈ ਕਦਮ ਚੱਕਦਾ ਉਹਦੇ ਸਖਤ ਜੁਰਮਾਨਾ ਕੀਤਾ ਜਾਵੇ ਅਤੇ ਕਾਰਵਾਈ ਕੀਤੀ ਜਾਵੇ। ਅਗਰ ਜੇ ਸਰਕਾਰ ਨਹੀਂ ਕੁਛ ਕਰਦੀ ਤਾਂ ਤੁਸੀਂ ਪਬਲਿਕ ਕੀ ਚਾਹੁੰਦੇ? ਫਿਰ ਅਸੀਂ ਯੂਥ ਇਕੱਠੀ ਹੋ ਕੇ ਆਪਦੀ ਮੰਗ ਕਰਾਂਗੇ, ਸਾਰੇ ਇਕੱਠੇ ਹੋਵਾਂਗੇ ਵੀ ਪਬਲਿਕ ਪ੍ਰੋਪਰਟੀ ਨਾ ਸਾਡੇ ਸ਼ਹਿਰ ਦੀ ਖਰਾਬ ਹੋਵੇ, ਤਰੱਕੀ ਦੇ ਰਾਹ 'ਤੇ ਚੱਲੇ, ਨਹੀਂ ਤਾਂ ਛੇਤੀ ਕੰਧਾਂ ਖਰਾਬ ਹੋਣ ਲੱਗ ਜਾਣਗੀਆਂ।